ਕਿੰਦ ਮੈਡਮ ਮੈਂ ਨਾ ਐਤਵਾਰ ਵੇਲੀ ਹਾਂ ਤਕੀ ਤੇ ਮੈਂ ਤੁਹਾਡੀ ਕਿਤਾਬ ਬੜੀ ਸੋਲਾ ਇਹਦੇ ਚ ਨਾ ਇੱਕ ਕਹਾਣੀ ਹੁੰਦੀ ਅੱਗੇ ਜਾ ਕੇ ਮੈਂ ਨਾਨੀ ਨਹੀਂ ਤੇ ਮੈਨੂੰ ਸਮਝ ਨਹੀਂ ਆਈ ਵੀ ਤੁਹਾਨੂੰ ਇਹ ਕਹਾਣੀ ਕਿਉਂ ਲਿਖਣੀ ਪੈਗੀ ਹਾਂ ਮੈਨੂੰ ਪਹਿਲੀ ਗੱਲ ਤੇ ਬੜੀ ਖੁਸ਼ੀ ਹੈ ਸਵਲਿੰਨ ਕੇ ਤੂੰ ਪੜਦੀ ਹੈ ਕਿਉਂਕਿ ਕਿਤਾਬਾਂ ਪੜਨ ਦਾ ਜਿਹੜਾ ਰੁਝਾਨਾ ਨੇ ਲਗਭਗ ਹਾਲ-ਕੱਲ ਘਟਰੇ ਪਰ ਚੰਗੀ ਗੱਲ ਹੈ ਕਿ ਤੂੰ ਕਿਤਾਬ ਲਈ ਤੇ ਐਸੇ ਸਾਰੇ ਮੇਰੀ ਕਿਤਾਬ ਛਪੀ ਹੈ ਸੋਲਾ ਇਹਦਾ ਨਾਮ ਹੈ ਹਾਂ ਇਹਦੇ ਵਿੱਚ ਜਿਹੜੀ ਕਹਾਣੀ ਮੈਂ ਨਾਨੀ ਨੇ ਹੈ ਨਾ ਜੇ ਤੂੰ ਇਸ ਕਹਾਣੀ ਨੂੰ ਧਿਆਨ ਨਾਲ ਪੜਿਆ ਹੋਵੇ ਤੇ ਤੂੰ ਵੇਖੇਂਗੀ ਕਿ ਇਹਦੇ ਵਿੱਚ ਤਿੰਨ ਪੀੜੀਆਂ ਜਿਹੜੀਆਂ ਨੇ ਤਿੰਨ ਪੁਸ਼ਤਾ ਜਿਹੜੀਆਂ ਨੇ ਨਾਨੀ ਹੈ ਫਿਰ ਉਹਦੀ ਗਾਂ ਬੇਟੀ ਹੈ ਤੇ ਫਿਰ ਉਹਦੀ ਗਾਂ ਦੋਤੀ ਹੈ ਕੋਈ ਨਾ ਤਿੰਨਾ ਪੀੜੀਆਂ ਦਾ ਸਫ਼ਰ ਹੈ ਮੈਂ ਇਹਨੂੰ ਇਸ ਢੰਗ ਨਾਲ ਲਿਖਿਆ ਕਿ ਜਿਵੇਂ ਸਾਡੇ ਕਹ ਲੋ ਕਿ ਗਰੀਬ 60ਵਿਆਂ 70ਵਿਆਂ ਤੋਂ ਲੈ ਕੇ ਤੇ ਆ ਹੁਣ ਜਿਹੜਾ 1ਵੀਂ ਸਦੀ ਦੇ ਵਿੱਚ ਦੂਜਾ ਧਾਕਾ ਆ ਗਿਆ ਇਹਨੇ ਸਮੇਂ ਵਿੱਚ ਤਿੰਨਾ ਪੀੜ੍ਹੀਆਂ ਦੀ ਮਾਨਸਿਕਤਾ ਦੇ ਵਿੱਚ ਕੀ ਅੰਤਰ ਆਇਆ ਜਿਹੜੀ ਨਾਨੀ ਹੈ ਸ਼ਾਇਦ ਤੂੰ ਧਿਆਨ ਦੇ ਨਾਲ ਜਗਾਣੀ ਪੜੀ ਹੋਵੇ ਤਾਂ ਉਹ ਕਿਵੇਂ ਆਪਣੀ ਜ਼ਿੰਦਗੀ ਨੂੰ ਇੱਕ ਕਿਸਮ ਦਾ ਉਸ ਢੰਗ ਜਿਹਦੇ ਵਿੱਚ ਢਾਲ ਲੈਂਦੀ ਆ ਜਿਹੜਾ ਸਮਾਜ ਉਹਦੇ ਕੋਲੋਂ ਚਾਹੁੰਦਾ ਆ ਫਿਰ ਉਹਦੀ ਲੜਕੀ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਨੂੰ ਨਿਗਾਹ ਰਹੀ ਹੈ ਠੀਕ ਹੈ ਉਹ ਕੈਨੇਡਾ ਆਉਂਦੀ ਹੈ ਤੇ ਆਪਣੀ ਉਹਦੀ ਬੇਟੀ ਨਾਲ ਆ ਜਾਂਦੀ ਹੈ ਪਰ ਦੂਜੇ ਕਲਚਰ ਦੇ ਵਿੱਚ ਆ ਕੇ ਉਹਦੀ ਜਿਹੜੀ ਅਗਾਂਵ ਕਹੋ ਦੋਤੀ ਹੋ ਗਈ ਕਿਰਨਜੀਤ ਦਾ ਨਾਮ ਹੈ ਉਹ ਬਿਲਕੁਲ ਹੀ ਉਹਨਾਂ ਦੋਨਾਂ ਪੀੜੀਆਂ ਨਾਲੋਂ ਵੱਖਰੀ ਹੈ ਉਹ ਇੱਕ ਕਿਸਮ ਦਾ ਉਸ ਪਰਿਵਾਰਕ ਢਾਂਚੇ ਵਿੱਚ ਫਿੱਟ ਨਹੀਂ ਆ ਰਹੀ ਜਿਹੜਾ ਪਰਿਵਾਰਕ ਢਾਂਚਾ ਜਿਹੜਾ ਹੈ ਜਿਹਨੂੰ ਅਸੀਂ ਆਪਣੇ ਪਿਛਲੇ ਲੈ ਕੇ ਆਏ ਆ ਜਿਹੜਾ ਸਾਡੇ ਵੀ ਦੋ ਪੀੜੀਆਂ ਤੋਂ ਚੱਲਦਾ ਆ ਰਿਹਾ ਹੈ ਉਹ ਬਾਗੀ ਹੁੰਦੀ ਹੈ ਉਹ ਐਂਡ ਦੇ ਵਿੱਚ ਜਾ ਕੇ ਕਹਿੰਦੀ ਆ ਵੀ ਮੈਂ ਨਾਨੀ ਨਹੀਂਗੀ ਸੁਕਈਆਂ ਨੂੰ ਮੈਨ ਲੱਗਾ ਸਭ ਇਹਨਾਂ ਤੋਏ ਨੇ ਕਈਆਂ ਨੇ ਮੈਨੂੰ ਕਿਹਾ ਸੀ ਵੀ ਸ਼ਾਇਦ ਇਹ ਅੰਜ ਦੀ ਹੈਗੀ ਆ ਕਿ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਜੰਮਣ ਨਹੀਂ ਦਿੰਦੇ ਇਸ ਕਰਕੇ ਸ਼ਾਇਦ ਨਾਨੀਆਂ ਮਾਸੀ ਜਨ ਨਾਨੀ ਨਹੀਂ ਲੱਭੜੇ ਪਰ ਇਹ ਕਹਾਣੀ ਪੀੜੀਆਂ ਦੇ ਪਾੜੇ ਦੀ ਕਹਾਣੀ ਹੈ ਔਰਤ ਦੇ ਤਿੰਨਾਂ ਪੀੜੀਆਂ ਦੇ ਸਫ਼ਰ ਦੀ ਕਹਾਣੀ ਹੈ ਕਿਤੇ ਉਹ ਬਰਦਾਸ਼ਤ ਕਰਕੇ ਜ਼ਿੰਦਗੀ ਨੂੰ ਚਲਾਉਂਦੀ ਰਹੀ ਹੈ ਕਿਤੇ ਉਹ ਜ਼ਿੰਦਗੀ ਨੂੰ ਰੇੜਦੀ ਰਹੀ ਹੈ ਪਰ ਤੀਜੀ ਪੀੜੀ ਜਿਹੜੀ ਆ ਉਹ ਬਾਗੀ ਹੈ ਉਹ ਕਹਿੰਦੀ ਮੈਂ ਇਹ ਜ਼ਿੰਦਗੀ ਨਹੀਂ ਜੀ ਸਕਦੀ ਜਿੱਥੇ ਜਿਹੜਾ ਮੇਰਾ ਪਤੀ ਹੈ ਉਹ ਲੋਟਣ ਵਾਂਗੂ ਘੁੰਮਦਾ ਹੀ ਰਹੇ ਬਿਨਾਂ ਪਿੰਨ ਦੇ ਦੇ ਪਾਂਡੇ ਵਾਂਗੂ ਜਿਹੜਾ ਸੋ ਉਹ ਇੱਕ ਕਿਸਮ ਦਾ ਇੱਕ ਵਿਦਰੋਹ ਦੀ ਇਹਦੇ ਵਿੱਚ ਆਵਾਜ਼ ਅੱਛਾ ਮੈਂ ਇੱਕ ਜਨੈਰਿਕ ਜਿਹਾ ਤੁਹਾਨੂੰ ਸਵਾਲ ਪੁੱਛਦੀ ਆ ਘਰ ਘਰ ਦੀ ਗਾਣੀ ਆ ਜਿਹੜੀ ਜਨਾਨੀ ਨੇ ਪਹਿਲਾਂ ਵੀ 25 ਸਾਲ ਘਰ ਸੰਭਾਇਆ ਹੁੰਦਾ ਜਿਹੜੀ ਨਵੀਂ ਆਉਂਦੀ ਆ ਉਹਨੂੰ ਇੰਜ ਲੱਗਦਾ ਵੀ ਮੇਰੇ ਅਕੋਰਡਿੰਗ ਹੋਣਾ ਚਾਹੀਦਾ ਉਹ ਜਿਹੜੀ ਪਹਿਲਾਂ 30 35 ਸਾਲਾਂ ਤੋਂ ਉਸ ਘਰ ਦੀ ਮਲਕਾ ਹੁੰਦੀ ਉਹਨੂੰ ਹੁੰਦਾ ਵੀ ਨਹੀਂ ਜੋ ਮੈਂ ਸੈਟਅਪ ਕਰਤਾ ਉਦਾਂ ਹੀ ਹੋਣਾ ਚਾਹੀਦਾ ਤੇ ਬਹੁਤੇ ਫਸਾਦ ਦਾ ਕਾਰਨ ਵੀ ਇਹ ਬਣਦੇ ਤੁਹਾਡੇ ਹਿਸਾਬ ਨਾਲ ਕਿੰਨੂੰ ਬਦਲਣਾ ਚਾਹੀਦਾ ਤੇ ਕਿੰਨਾ ਬਦਲਣਾ ਚਾਹੀਦਾ ਫਲੈਕਸੀਬਿਲਟੀ ਕਿਦਾਂ ਆਵੇ ਫਿਰ ਮੈਨੂੰ ਲੱਗਦਾ ਸੋਲਿੰਗ ਕੇ ਜ਼ਿੰਦਗੀ ਬਦਲਾਅ ਤਾਂ ਨਾ ਆਇਆ। ਪਰ ਸਥਿਤੀਆਂ ਜਿਹੜੀਆਂ ਨਾ ਉਹ ਬੰਦੇ ਨੂੰ ਬਦਲ ਆਉਂਦੀਆਂ। ਮੇਰੀ ਆਪਣੀ ਨਿੱਜੀ ਰਾਏ ਇਹ ਹੈ ਕਿ ਜਿਹੜੀ ਪਹਿਲੀ ਪੀੜ੍ਹੀ ਆ ਹੈ ਨਾ ਜਿਹੜੀ 30-35 ਸਾਲ ਪਹਿਲਾਂ ਜਿਹਨੇ ਘਰ ਬਣਾਇਆ ਸੰਭਾਲਿਆ ਵਾ ਉਹਨੇ ਤਾਂ ਆਪਣਾ ਰਾਜ ਮਾਣ ਲਿਆ ਹੈ। ਜਿਹੜੀ ਦੂਜੀ ਉਸ ਘਰ ਦੇ ਵਿੱਚ ਆਈ ਹੈ ਨੌ ਦੇ ਰੂਪ ਵਿੱਚ ਆਈ ਹੈ ਜਗ੍ਹਾ ਉਹਦੇ ਲਈ ਛੱਡਣੀ ਬਣਦੀ ਹੈ। ਮੈਨੂੰ ਇੱਕ ਨਾ ਆਪਣੀ ਯਾਦ ਗੱਲ ਆਉਂਦੀ ਸਾਡੇ ਪ੍ਰਿੰਸੀਪਲ ਹੁੰਦੇ ਸੀ ਤੇ ਉਹਦੇ ਉਹਦੇ ਬੇਟੇ ਦਾ ਵਿਆਹ ਹੋਇਆ ਤੇ ਉਹਨੇ ਬੜੀ ਪਿਆਰੀ ਇੱਕ ਗੱਲ ਕੀਤੀ ਕਹਿੰਦੀ ਮੈਂ ਆਪਣੇ ਨੂੰਹ ਨੂੰ ਕਿਹਾ ਵੀ ਦੋ ਰਾਣੀਆਂ ਇੱਕ ਘਰ ਚ ਨਹੀਂ ਰਹਿ ਸਕਦੀਆਂ ਹੈ ਹੈਨਾ ਸੋ ਜਾਂ ਤਾਂ ਹੁਣ ਵੱਡੀ ਰਾਣੀ ਜਿਹੜੀ ਥੋੜਾ ਜਿਹਾ ਆਪਣਾ ਪਦ ਛੱਡ ਦੇਵੇ ਤੇ ਛੋਟੀ ਨੂੰ ਰਾਣੀ ਬਣਾ ਦੇ ਤੇ ਜਾਂ ਫਿਰ ਭਈ ਦੋਨੋਂ ਵੱਖਰੇ ਵੱਖਰੇ ਹੋ ਜਾਣ ਦੋਵੇਂ ਰਾਣੀਆਂ ਬਣ ਜਾਣ ਸੋ ਉਹਨਾਂ ਚ ਇਹ ਹੈ ਕਿ ਮਾਸਤੀ 35 ਸਾਲ ਵਾਲੀ ਮਾਸਿਕਤਾ ਜਿਹੜੀ ਜਿੰਨੇ ਹੰਡਾਇਆ ਨਾ ਉਹ ਨਵੀਂ ਮਾਸਿਕਤਾ ਨੂੰ ਪ੍ਰਵਾਨ ਕਰੇ ਤੇ ਬਹੁਤ ਖੂਬਸੂਰਤ ਹੈ ਜੇ ਨਾ ਕਰੇ ਤਾ ਫੇਰੇ ਚਗਲੇ 체ੜੇ ਹੁੰਦੇ ਨੇ ਮੈਂ ਹਮੇਸ਼ਾ ਜਿੰਨੀਆਂ ਕਹਾਣੀਆਂ ਜਾਂ ਲੇਖ ਲਿਖਦੀ ਆ ਨਾ ਮੈਂ ਇਹੋ ਕਹਿੰਨੀ ਹੁਣ ਕਿ ਜਿਹੜੀ ਸਾਡੀ ਪੀੜ੍ਹੀ ਆ ਨਾ ਉਹਦੀ ਜ਼ਿੰਮੇਵਾਰੀ ਜ਼ਿਆਦਾ ਹੈ ਕਿਉਂਕਿ ਉਹਨੇ ਹੰਡਾਇਆ ਸਾਰਾ ਕੁਝ ਉਹਨੂੰ ਉੱਚ ਨੀਚ ਪਤਾ ਨਵੀਂ ਪੀੜ੍ਹੀ ਜਿਹੜੀ ਵੀ 25 ਸਾਲ ਦੀ ਉਮਰ ਵਾਲੀ ਸਾਡੇ ਨਾਲ ਜੁੜ ਰਹੀ ਹੈ ਉਹਨੂੰ ਅਸੀਂ ਅਕੋਮੋਡੇਟ ਵੀ ਕਰਨਾ ਹੈ ਉਹਦੇ ਰਾਹ ਦਸੇਰੇ ਵੀ ਬਣਨਾ ਹੈ ਤੇ ਥੋੜਾ ਜਿਹਾ ਆਪ ਟਲ ਕੇ ਪਿੱਛੇ ਵੀ ਹਟ ਜਾਣਾ ਇੱਕ ਦੋ ਲਾਈਨਾਂ ਚ ਮੈਡਮ ਨੇ ਬੜਾ ਵੱਡਾ ਮੈਸੇਜ ਦਿੱਤਾ ਜੇ ਕੋਈ ਸਮਝੇ ਤੇ ਮੈਨੂੰ ਲੱਗਦਾ ਕਈ ਘਰ ਵੱਜ ਜਾਣੇ ਆ ਇਹਨਾਂ ਦੀ ਕਿਤਾਬ ਹੈ 16 ਕਿੰਨੀਆਂ ਸਾਰੀਆਂ ਕਹਾਣੀਆਂ ਲਿਖੀਆਂ ਤੇ ਹਰੇਕ ਦੇ ਵਿੱਚ ਇਹਨਾਂ ਨੇ ਕੋਈ ਨਾ ਕੋਈ ਸੂਲ ਕਿਤੇ ਨਾ ਕਿਤੇ 24 ਹੈ